ਇੰਮਰਾਂਜ ਬੁਲਟ ਦਾ ਜੇਤੂ ਹੈ ਇਹ ਕਹਿੰਦੇ ਬੱਬੂ ਆ ਭਾਈ ਰੁਪਏ ਵਾਲਾ ਜਿਹੜਾ ਖਿਡਾਰੀ ਸਟ੍ਰੈਕ ਤੇ ਆ ਇਹ ਕਹਿੰਦੇ ਸੁੱਖਾ ਭਗੇਲੇ ਪਿੰਡ ਵਾਲਾ ਖਿਡਾਰੀ ਕਹਿੰਦੇ ਦੇ ਵਿੱਚ ਮੇਲਾ ਹੋਣਾ ਖੇਡਿਆ ਹੋਇਆ ਸ਼ਾਟ ਹੈ ਇੱਕ ਸਕੋਰ ਜੁੜ ਗਿਆ ਕਾਲਿਆ ਐਂਡ ਚੇਂਜ ਕਰ ਗਿਆ ਓਏ ਤੈਨੂੰ ਦੇਖ ਕੇ ਕਾਲਿਆ ਧੂਰੀ ਵਾਲੇ ਦੀ ਐਗ ਤਾਂ ਐਂਡ ਚੇਂਜ ਕਰ ਗਿਆ ਆ ਦੇਖਾਂ ਕਰਦੇ ਗੱਲ ਬਿੱਟੂ ਐਂਡ ਚੇਂਜ ਹੋ ਗਿਆ ਇਧਰੇ ਪਾਸੇ ਖਿਡਾਰੀ ਕਹਿੰਦੇ ਫੇਰ ਮੇਰੇ ਮਿੱਤਰੋ ਕਹਿੰਦੇ ਤਿਆਰਪੁਰ ਤਿਆਰ ਆ ਵਾਲੇ ਵੱਡੇ ਮੇਲੇ ਦੀਆਂ ਗੱਲਾਂ ਚੱਲਦੀਆਂ ਨੇ ਇਧਰੇ ਪਾਸੇ ਕਹਿੰਦੇ ਕਾਲਾ ਇਹ ਹੈ ਕਹਿੰਦੇ ਭਾਈ ਰੂਪੇ ਵਾਲਾ ਪਰ ਦੂਲੇ ਪਾਸੇ ਕਹਿੰਦੇ ਬਾਲ ਜਿਹੜੀ ਕਹਿੰਦੇ ਟਿਕਾਣੀ ਦੀ ਕਰ ਦੁੱਤੀ ਹੈ ਭਾਈ ਰੂਪੇ ਦਾ ਕਾਲਾ ਬੱਲਾ ਪਾਉਂਦਾ ਤੇ ਦੂਜੇ ਪਾਸੇ ਕਹਿੰਦੇ ਨੌਜਣ ਖਿਡਾਰੀ ਇਹ ਹੈ ਕਹਿੰਦੇ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਗੈਰੀ ਜੀਰਾ ਕਹਿੰਦੇ ਭਗੇਲਾ ਪਿੰਡਾ ਮੁੰਡੇ ਦਾ ਬਾਲੇ ਵੱਡੇ ਚਰਚੇ ਆ ਤੇ ਮੇਰਾ ਸੱਚੇ ਪਾਸ਼ਾਰੀ ਇਧਰ ਕਹਿੰਦੇ ਫੇਰ ਆਹ ਸਾਹਮਣੇ ਕਹਿੰਦੇ ਟਰਾਈ ਜਿਹੜੀ ਕੀਤੀਆਂ ਨੌਈਆਂ ਨੇ ਪਰ ਕਹਿੰਦੇ ਕਮਾਲ ਕਰ ਦੁੱਤੀ ਹੈ ਗੱਭਰੂ ਚੋਟੀ ਦੇ ਖੇਡਦੇ ਆ ਤੇ ਬਾਲਾਂ ਕਹਿੰਦੇ ਪੈਂਦੀ ਆ ਦੇ ਲਹਿਰੇ ਵਾਲਿਆ ਬਾਲਾਂ ਪੈਂਦੀਆਂ ਦੇ ਬਾਲਾਂ ਪੈਂਦੀਆਂ ਨੇ ਪਰ ਬਾਲਾਂ ਵੀ ਟਿਕਾਣੇ ਦੀਆਂ ਪੈਂਦੀਆਂ ਸੁਖਿਆ ਉਹਨੇ ਹਰਖੀ ਆ ਨੰਦਰਵੰਦਰੀ ਦੇਖੀ ਚਾਲਾ ਜਿਉਂ ਬਾਲ ਕਹਿੰਦੇ ਰੋਕਦਾ ਤੇ ਕਹਿੰਦੇ ਐਕਸ਼ਨ ਕਾਲੇ ਦੇ ਵੇਖਣ ਵਾਲੇ ਹੁੰਦੇ ਆ ਆਹ ਕਹਿੰਦਾ ਮਾਰ ਛੱਕਾ ਉਹ ਕਹਿੰਦਾ ਮੈਂ ਆਂਦੇ ਦਿਮਾਗ ਨਾਲ ਖੇਡਣਾ ਸੁਖਿਆ ਆਹ ਦੇਖ ਓਏ ਆਹ ਦੇਖ ਓਏ ਆਹ ਦੇਖ ਕਾਲਿਆ ਸ਼ਕਮ ਮਾਰ ਨੂੰ ਫਿਰਦਾ ਤੈਨੂੰ ਇਹ ਆ ਚੱਕ ਫੇਰਾ ਖੇਡਿਆ ਸ਼ਾਟ ਲੈ ਕੇ ਸਾਈਡ ਤੇ ਇਹਦੇ ਪਾਸੇ ਕਹਿੰਦੇ ਫੇਰ ਆਉ ਸਾਹਮਣੇ ਕਹਿੰਦੇ ਟਰਾਈ ਜਿਹੜੀ ਕੀਤੀ ਖੇਡ ਮਰਾਨ ਦੇ ਵਿੱਚ ਗੱਲ ਕਹਿੰਦੇ ਲਾ ਦੀਆ ਟਿਕਾਣੇ ਇਧਰ ਕਹਿੰਦੇ ਫੇਰ ਖਿਡਾਰੀ ਬਾਲਾਂ ਪਾਉਣ ਦੇ ਲਈ ਵਧਿਆ ਆਇਆ ਹੈ ਮੁਕਾਬਲੇ ਚੋਟੀ ਦੇ ਖੇਡੇ ਜਾ ਰਿਹਾ ਹੈ ਇਧਰ ਗੈਰੀਆ ਕਹਿੰਦੇ ਜੀ ਰੱਬ ਭਗੇਲਾ ਪਿੰਡ ਸਾਹਮਣੇ ਕਹਿੰਦੇ ਭਾਈ ਰੁਪਏ ਵਾਲਾ ਕਾਲਾ ਸ਼ਿਵਾਸ਼ ਤਲਵੰਡੀ ਬੱਲੇ 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 ਸ਼ਿਵਾਸ਼ ਤਲਵੰਡੀ ਆਪਦਾ ਭਾਈ ਨਾਮ ਲੈ ਜੇ ਸੁਹਾਗ ਤਲਵੰਡੀ ਆਪਦਾ ਨਾਮ ਲੈ ਜੋ ਜੀ ਕਰੇ ਬੇਕ ਤੇ ਟੇਕੇ ਕੀ ਆ ਜੀ ਘੈਰੀ ਹੋਂਤੇ ਇਸ਼ਾਰਾ ਹੋ ਗਿਆ ਤੁਰ ਜਾ ਨੌਜਾਨਾ ਤੁਰ ਜਾ ਤੁਰ ਜਾ 2 ওভার ਕਿੰਨੇ ਬਣ ਗਏ ਬਾਈ ਸ਼ਿਵਾਸ਼ ਤਲਵੰਡੀ ਜੀ ਲੈ ਜੋ ਜੀ ਆਪਦਾ ਪ੍ਰਾਈਜ਼ 28 ਸਕੋਰ ਹੋ ਗਿਆ 3 ਰਨ ਦੇ ਓਵਰ ਜਿਹੜਾ ਉਹ ਕਹਿੰਦੇ ਕਾਲੇ ਨੇ ਲਾਦਾ ਲੈ ਵੀ ਬਿੱਟੂ ਕਰਦੇ ਜ਼ਿਕਰ ਲਾਉ ਦੇਲੇ ਪਾਸੇ ਖਿਡਾਰੀ ਕਹਿੰਦੇ ਫੇਰ ਤਿਆਰ ਪਰ ਤਿਆਰਾ ਕਹਿੰਦੇ ਮੈਦਾਨ ਚ ਬਾਲਾਂ ਪਾਉਣ ਦੇ ਲਈ ਕਹਿੰਦੇ ਵਧਿਆ ਆਇਆ ਨੋਈ ਹੁਣ ਕਿੰਨੇ ਹੋਗੇ ਜੀ ਸਕੋਰ ਜਿਹੜੇ 28 ਜੀ ਜਿਹੜੇ 28 ਨੇ ਸਕੋਰ ਦੇਲੇ ਪਾਸੇ ਕਹਿੰਦੇ 2 ওভার ਤੋਂ ਬਾਅਦ ਲਾਉ ਸੁਮਨ ਦੇਲੇ ਪਾਸੇ ਕਹਿੰਦੇ ਭਾਈ ਰੂਪੇ ਵਾਲਾ ਖਿਡਾਰੀ ਖੇਡ ਮੈਦਾਨ ਚ ਬਾਲਾਂ ਪਾਉਣ ਦੇ ਲਈ ਆ ਗਿਆ ਆ ਗਿਆ ਦੇਲੇ ਪਾਸੇ ਕਹਿੰਦੇ ਸੁੱਖਾ ਹੀਰਾ ਕਹਿੰਦੇ ਭਗੇਲਾ ਪਿੰਡ ਦਾ ਖਿਡਾਰੀ ਦਾ ਤੇ ਬਾਲ ਪਾਉਣ ਦੇ ਲਈ ਮਰਦਾਂ ਦੇ ਕਹਿੰਦੇ ਭਾਈ ਰੂਪੇ ਵਾਲਾ ਇਧਰੇ ਪਾਸੇ ਕਹਿੰਦੇ ਵਧਿਆ ਹੋਇਆ ਇਧਰ ਕਹਿੰਦੇ ਪੈਂਦੀ ਬਾਲ ਲਾਓ ਸਾਹਮਣੇ ਕਹਿੰਦੇ ਟਰਾਈ ਜਿਹੜੀ ਕੀਤੀ ਆ ਨੋਈਆਂ ਦੇ ਪਰ ਬਾਲ ਉਹਦੇ ਲਈ ਪਾਸੇ ਕਹਿੰਦੇ ਸਿਰੇ ਦੀ ਜਿਹੜੀ ਕਰ ਦਿੱਤੀ ਕਹਿੰਦੇ ਖੇਡ ਮਰਦਾਂ ਦੇ ਵਿੱਚ ਲਾਓ ਸ਼ਾਮਾ ਪੈਨੂ ਦੇ ਆਜਾ ਕਿਹਨੂੰ ਮਿਲਨੀ ਆ ਵਧਾਜਾ ਕਹਿਣ ਟੀਮਾਂ ਦੇ ਪਲੇਅਰ ਆਪਾ ਲੌਣੀ ਨਹੀਂ ਉਹ ਦੇਰ ਦੇਨੇ ਜਿੱਤ ਵਾਲੇ ਝੰਡੇ ਆਪਾਂ ਗੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰੇ ਛੱਡ ਮਿੱਤਰੋ ਲੋਕੀ ਕਹਿੰਦੇ ਮੇਰੇ ਵੀਰੋਂ ਆਨੰਦ ਮਾਣ ਗਏ ਅੱਜ ਦੇ ਮੇਲੇ ਦੇ ਆਹ ਬਾਲ ਕਹਿੰਦੇ ਸਿਰੇ ਦੀ ਪਾਈ ਆਹ ਇਹਦਾ ਨਾਂ ਕੀ ਹੈ ਕਾਲੂ ਆਹ ਦੇਖ ਲੈ ਨੌਜਾਨ ਕਾਲੂ ਆ ਗਿਆ ਅੱਜ ਤੇ ਬੱਬੂ ਕਈ ਪੁਰਾਣੇ ਖਿਡਾਰੀ ਵੀ ਨਾਲ ਆ ਗਏ ਹਨਾ ਕਈ ਨਵੇਂ ਆ ਗਏ ਇੱਕ ਗੱਲ ਵਧੀਆ ਵੀ ਭਾਈ ਰੂਪੇ ਦੀ ਟੀਮ ਗਰਾਊਂਡ 'ਚ ਆ ਗਈ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਇਕੱਠੇ ਹੋਇਆ ਤੇ ਦੂਜੀ ਗੱਲ ਕੀ ਹੈ ਮੁੰਡੇ ਕਹਿੰਦੇ ਮੇਰੇ ਵੀਰੋ ਮੇਲੇ ਦੇ ਵੀ ਜੇਤੂ ਬਣ ਗਿਆ ਸ਼ੁਭਾਸ਼ ਨੂੰ ਬੇਨਤੀ ਹੈ ਬਾਈ ਉਹ ਆਪਦਾ ਪ੍ਰਾਈਜ਼ ਲੈ ਜਾ ਜਿਹੜਾ ਜੇਤੂ ਬਣਿਆ ਸ਼ੁਭਾਸ਼ ਤਲਵੰਡੀ ਉਹ ਪ੍ਰਾਈਜ਼ ਲੈ ਕੇ ਜਾਓ ਜੀ ਆਪਣਾ ਬਾਈ ਜੀ ਕਰੋ ਜ਼ਿਕਰ ਰਾਜੂ ਦੇ ਪਾਸੇ ਖਿਡਾਰੀ ਕਹਿੰਦੇ ਫੇਰ ਬਾਲਾਂ ਪਾਉਣ ਦੇ ਲਈ ਕਹਿੰਦੇ ਵਧਿਆ ਹੈ ইমরান ਦੇ ਵਿੱਚਾ ਵੱਡੀਆਂ ਕਹਿੰਦੇ ਗੱਲਾਂ ਬਾਤਾਂ ਨੇ ਮੇਲੇ ਦੀ ਹਾਂਜੀ ਬਾਈ ਜੀ ਚੰਦ ਸਿੰਘ ਜੀ ਨਸ਼ੱਤਰ ਸਿੰਘ ਜੀ ਆਇਓ ਜੀ ਤੁਹਾਡਾ ਸਨਮਾਨ ਹੈ ਚੰਦਰ ਸਿੰਘ ਜੀ ਤੇ ਨਛੱਤਰ ਸਿੰਘ ਜੀ ਉਹਨਾਂ ਦਾ ਸਨਮਾਨ ਹੋਣਾ। ਉਹ ਆ ਜਾਣ। ਲਾਓ ਸਾਊਂਡ ਦੇ ਲਈ ਪਾਸੇ ਕਹਿੰਦੇ ਕੀਤੀਆ ਟਰਾਈ ਕਹਿੰਦੇ ਖੇਡ ਮੈਦਾਨ ਦੇ ਵਿੱਚ। ਮੰਗੇ ਬਾਈ ਮੰਗੇ ਬਾਈ ਇੱਥੇ ਨਹੀਂ ਲੋਟ ਹੈਗਾ। ਓਕੇ। ਇਧਰ ਚੰਦ ਸਿੰਘ ਜੀ ਤੇ ਨਛੱਤਰ ਸਿੰਘ ਨਛੱਤਰ ਵੀਰੇ ਦਾ ਸਨਮਾਨ ਹੋ ਰਿਹਾ। ਉਸ ਤੋਂ ਬਾਅਦ ਚੰਦ ਸਿੰਘ ਜੀ ਉਹਨਾਂ ਦਾ ਸਨਮਾਨ ਹੋਣਾ। ਮੈਂ ਬੇਨਤੀ ਕਰਦਾ ਬਾਈ ਟੀਮ ਵਾਲੇ ਮੁੰਡੇ ਆ ਜਿਹੜੇ ਆ ਜਾਣ। ਨਛੱਤਰ ਬਾਈ ਬਣੀ 2100 ਰੁਪਏ ਦਾ ਯੋਗਦਾਨ ਆਇਆ ਹੈ। ਬਾਈ ਨਖਸ਼ਤਰ ਬਣੀ ਆ ਜਿੱਤੇ ਮੇਲੇ ਦੇ ਲਈ ਉਧਰ ਮਾਨ ਸਨਮਾਨ ਵੀ ਜਿਹੜੇ ਕੀਤੇ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਚੰਦ ਸਿੰਘ ਜੀ ਸਾਡੇ 4100 ਦਾ ਯੋਗਦਾਨ ਆ ਜਿੱਤੇ ਮੇਲੇ ਦੇ ਲਈ ਆ ਉਹਨਾਂ ਦਾ ਮਾਨ ਸਨਮਾਨ ਮਾਨਯੋਗ ਸਰਦਾਰ ਚੰਦ ਸਿੰਘ ਜੀ 4100 ਰੁਪਏ ਪੋਜਦਾ ਕੀਤਾ ਜਿੱਤੇ ਮੇਲੇ ਦੇ ਲਈ ਬਹੁਤ ਬਹੁਤ ਧੰਨਵਾਦ ਸ਼ੁਆਸ਼ ਨੂੰ ਬੇਨਤੀ ਆ ਬਈ ਲਾਸਟ ਗਾਲਾ ਜੀ ਸ਼ੁਆਸ਼ ਤਲਵੰਡੀ ਨੂੰ ਉਹ ਆ ਕੇ ਆਪਣਾ ਸਨਮਾਨ ਲੈ ਜਾਵੇ ਸ਼ੁਆਸ਼ ਤਲਵੰਡੀ ਕਮਲਾ ਸਾਡਾ ক্রিকেট ਖਿਡਾਰੀ ਉਹਨਾਂ ਦੇ ਫਾਦਰ ਸਾਹਿਬ ਅੰਕਲ ਜੀ ਆਇਓ ਜਰਾ ਉਹਨਾਂ ਦਾ ਜਿਹੜਾ ਸਤਕਾਰ ਹੈ ਸਵਰਗ ਦਾ ਸ੍ਰੀ ਗੋਲਦੀ ਵੀਰਾ ਉਹਨਾਂ ਦੇ ਸਿਸਟਰ ਸਾਡੀ ਭੈਣ ਆਇਆ ਇਹਨਾਂ ਨੂੰ ਜੀ ਇਹਨੂੰ ਐਖਦੇ ਇਧਰ ਕਮਲਾ ਦੇ ਫਾਦਰ ਸਾਹਿਬ ਉਹਨਾਂ ਦਾ ਜਿਹੜਾ ਮਾਨ ਸਨਮਾਨ ਹੈ ਸਾਰੀ ਲੰਗਰ ਦੀ ਸੇਵਾ ਕਰੀ ਹੈ ਨਾ ਬਾਈ ਹਾਂਜੀ ਕਮਲ ਦੇ ਪਰਿਵਾਰ ਦੇ ਵੱਲੋਂ ਲੰਗਰ ਦੀ ਸੇਵਾ ਜਿਹੜੀ ਕੀਤੀ ਗਈ ਹੈ ਤਿੰਨ ਓਵਰ ਕਿੰਨੇ ਬਣ ਗਏ ਬਾਈ 52 ਇਧਰ 골ਡੀ ਵੀਰੇ ਉਹਨਾਂ ਦੇ ਮਾਤਾ ਜੀ ਆਏ ਆ ਭੈਣ ਆਏ ਆ ਸਾਡੇ ਦਰਮਿਆਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ 골ਡੀ ਵੀਰੇ ਦੇ ਸਿਸਟਰ ਦਾ ਇੱਥੇ ਬੰਚੋਂ ਦੇ ਸਵਾਗਤ ਕਰਦੇ ਆਂ ਭੈਣੇ ਤੁਹਾਡਾ ਸਨਮਾਨ ਕਰਨ ਆਇਓ ਜੀ ਕਰਾਂ ਪਹਿਲਾਂ ਤੇ ਦੂਜਾ ਟਰੋਫੀਆਂ ਜਿਹੜੀਆਂ ਦਿੱਤੀਆਂ ਗਈਆਂ ਉਹ 골ਡੀ ਦਾ ਪਰਿਵਾਰ ਸਾਡੇ ਭੈਣ ਜੀ ਸਾਡੀ ਸਿਸਟਰ ਉਹਨਾਂ ਬੰਨੀਆਂ ਜਿਹੜੇ ਇਹ ਮਾਨ ਦਿੱਤੇ ਗਏ ਆ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਪਾਣੀ ਪਹੁੰਚਦਾ ਕਰੀਏ ਪਾਣੀ ਪਾਣੀ ਜਿਹੜਾ ਪਹੁੰਚਦਾ ਕਰੀਏ ਡਾਕਟਰ ਗਰਮੇਲ ਸਿੰਘ ਜੀ ਉਹਨਾਂ ਦਾ ਸਨਮਾਨ ਕੀਤਾ ਜਾਣਾ ਡਾਕਟਰ ਗਰਮੇਲ ਜੀ ਉਹ ਆ ਜਾਣ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾਣਾ लवली ਬਾਈ ਹਰਪ੍ਰੀਤ ਵੀਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ 11000 ਰੁਪਇਆ ਹਰਪ੍ਰੀਤ लवली ਜੀ ਲੱਡੂ ਮੈਂਬਰ ਜੀ ਉਹਨਾਂ ਮੰਨੇ 5100 ਦਾ ਯੋਗਦਾਨ ਹੈ ਨਿਕਾ ਫੁੱਟਬਾਲ ਖਿਡਾਰੀ 2100 ਦਾ ਯੋਗਦਾਨ ਹੈ ਇਹ ਵੀਰੇ ਜਿਹੜੇ ਸਾਡੇ ਦਰਮਿਆਨ ਆਏ ਆ ਅਸੀਂ ਜੀ ਆਨ ਨੂੰ ਆਖਦੇ ਆ ਔਰ ਸਾਹਮਣੇ ਪਈ ਹੋਈ ਬਾਲ ਹੈ ਬਘੇਲੇ ਵਾਲਿਆਂ ਸੁੱਖਾ ਔਰ ਕਮਾਲ ਕਰੀ ਆਉਂਦਾ ਮੇਰੇ ਵੀਰੋ ਮੋਟਰਸਾਈਕਲ ਦੀ ਟੀਟੀ ਵਜੋਂ ਨੂੰ ਫਿਰਦਾ ਮੋਟਰਸਾਈਕਲ ਜਿੱਤਨ ਨੂੰ ਫਿਰਦਾ ਇਹਦੇ ਕੁਆਟਰ ਹਰ ਵੀ ਜਾਂਦਾ ਨਾ ਇੱਕ ਮੋਟਰਸਾਈਕਲ ਤੇ ਇਹ ਬੈਠਾ ਸੀਗਾ ਬਿੱਟੂ ਜੇ ਕੁਆਟਰ ਹਰ ਵੀ ਜਾਂਦਾ ਨਾ ਇਹ ਕਹਿੰਦੇ ਮੋਟਰਸਾਈਕਲ ਤੇ ਚੜਿਆ ਬੈਠਾ ਸੀਗਾ ਲਓ ਸਾਹਮਣੇ ਬਾਲ ਫੇਰ ਪੈਂਦੀ ਹੈ ਲਾਓ ਦਲੇ ਪਾਸੇ ਕਹਿੰਦੇ ਕੀਤੀ ਆ ਟਰਾਈ ਕਹਿੰਦੇ ਖੇਡ ਮਰਾਨ ਦੇ ਖਿਡਾਰੀ ਨੇ ਮੇਰੇ ਮਿੱਤਰੋ ਲਾਓ ਸਾਹਮਣੇ ਦੇ ਲਈ ਪਾਸੇ ਕਹਿੰਦੇ ਬਾਲਾਂ ਪਾਉਣ ਦੇ ਲਈ ਖਿਡਾਰੀ ਇਧਰ ਭਾਈ ਰੁਪਏ ਵਾਲਾ ਕਹਿੰਦੇ ਵਧਿਆ ਹੋਇਆ ইমরান ਦੇ ਵਿੱਚ ਚੌਥੇ ਵਰਦੀਆਂ ਬਾਲਾਂ ਕੀਤੀਆਂ ਜਾ ਰਹੀਆਂ ਨੇ ਸੁਪਰ ਫਾਈਨਲ ਮੁਕਾਬਲਾ ਹੈ ਖੇੜਾ ਘੋੜੀਏ ਦੇ ਕਹਿੰਦੇ ਵੱਡੇ ਖੇਡ ਮੇਲ ਦਾ ਖੇਡਾ ਜਾ ਰਿਹਾ ਹੈ ਹਰਪੀ ਸਿੰਘ ਜੀ लवली ਜੀ ਦੇ ਬੰਨਿਓ ਅੱਜ ਦੇ ਮੇਲੇ ਦੇ ਲਈ 11000 ਰੁਪਿਆ ਜਿਹੜਾ ਪੁੱਜ ਚੁੱਕਿਆ ਹੈ ਬਹੁਤ ਧੰਮਵਾਦ ਇੱਕ ਗੱਲ ਮੈਂ ਵੇਖੀ ਹੈ ਜਿਹੜੇ ਵੀਰਾਂ ਕੋਲੇ ਪਰਚੀਆਂ ਘਟਣ ਨਹੀਂ ਵੀ ਗਏ ਨਾ ਤੇ ਉਹਨਾਂ ਨੇ ਵੀ ਕਹਿੰਦੇ ਮਾਇਆ ਪੁੱਜਦੀ ਕਰੀਆ ਪਰ ਹਰਪ੍ਰੀਤ ਲਵਲੀ ਬਾਈ ਉਹ ਇਨਸਾਨ ਹੈ ਜਿਹਦੇ ਤੋਂ ਮੰਗਾ ਬਾਈ ਕਹਿੰਦਾ ਮੈਂ ਕ੍ਰਿਕਟ ਖੇਡਣੀ ਸਿੱਖਿਆ ਸੀਗਾ ਤੇ ਹਰਪ੍ਰੀਤ ਬਾਈ ਇਹ ਤੁਹਾਡਾ ਲਈ ਬੂਟਾ ਫਿਰ ਜਿਹੜਾ ਫਾਲਦੇਨ ਲੱਗ ਗਿਆ ਮੁੰਡੇ ਖੇਡਣ ਲੱਗ ਗਏ ਮੰਗਾ ਸੋਨੂੰ ਦੇ ਕੇ ਲੱਗ ਗਿਆ ਤੇ ਮੰਗਣਿਆਂ ਟੀਮਾਂ ਪਿੱਛੇ ਬਣਾ ਲਈ ਹੁਣ ਪਿਛਲੇ ਇਹ ਮੇਲੇ ਦਾ 15 ਕਿ ਦਿਨਾਂ ਚ ਦੋ ਤਿੰਨ ਮੇਲੇ ਇਕੱਠੀ ਜਿੱਤ ਗਿਆ ਘੋਲੀਏ ਵਾਲੇ ਮੁੰਡੇ ਹਾਂ ਬੜੀ ਇਹ ਕ੍ਰਿਕਟਰ ਨੂੰ ਵੀ ਬਹੁਤ ਗਾਹ ਲੈ ਗਿਆ ਜੀ ਕਿਉਂਕਿ ਜਿੱਥੇ ਵੀ ਟੂਰਨਾਮੈਂਟ ਹੁੰਦਾ ਜਿਹਦੇ ਕੋਲੇ ਕਿੱਟਾਂ ਨਹੀਂ ਗਈਆਂ ਚਲੋ ਮੈਂ ਦੇ ਦੂੰ ਚਲੋ ਐਂ ਕਹਿੰਦਾ ਚਲੋ ਮੈਂ ਦੇ ਦੂੰ ਰੁਪਏ ਆ ਜਾਣਗੇ ਆਪੇ ਇਹ ਵੱਡੀ ਗੱਲ ਇੱਕ ਦਾਰੀਰ ਮੰਗੇ ਘੋਲੀਏ ਦੇ ਨਾਂ ਤੇ ਜ਼ੋਰਦਾਰ ਮਾਰਤੀਏ ਮੇਰੇ ਵੀਰੋ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਆ। ਹੋਰ ਦੇ ਲਈ ਪਾਸੇ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਇੱਕ ਦੀ ਹੈਲਪ ਕਰਦੇ ਆ। ਜਿਹਦੇ ਕੋਲੇ ਕਿੱਟ ਨਹੀਂ ਹੈਗੀ ਉਹਨੂੰ ਕਿੱਟ ਦੇਤੀ ਜਿਹਦੇ ਕੋਲੇ ਸ਼ੂ ਨਹੀਂ ਹੈਗੇ ਉਹਨੂੰ ਸ਼ੂ ਦੇਤੇ ਤੇ ਜਿਹੜਾ ਨਰੋਲ ਮੇਲਾ ਹੁੰਦਾ ਹਰੇਕ ਮੇਲੇ ਦੇ ਮੈਨ ਆਫ ਦੀ ਸੀਰੀਜ਼ ਮੰਗੇ ਘੋਲੀਆਂ ਮੰਨੀਆਂ ਦਿੱਤੀ ਜਾਂਦੀਆਂ ਮੇਰੇ ਵੀਰੋ। ਬਾਕੀ ਤੇਰੇ ਪਾਸੇ ਅੰਪਾਇਰ ਵੀ ਸਪੌਂਸਰ ਕਰਦਾ ਬਾਈ ਸਾਡਾ। ਇਧਰ ਇਧਰ ਛੋਟੇ ਬਾਬੇ ਨੂੰ ਕਹਿੰਦੇ ਮੇਰੇ ਜਿਹੜਾ ਸਿਰ ਪੇਕੇ ਪੁਣੇ। ਛੋਟੇ ਪਲੀ ਸਾਡੇ ਗੁਰਨਾਥ ਸਿੰਘ ਜੀ। ਦਿਲਜਾਨਪੁਰੀ। ਧਲਜਾਨਪੁਰੀ ਨੂੰ ਕਹਿੰਦੇ ਯੂਸਰ ਦਿੱਤਾ ਜਾ ਰਿਹਾ ਟਾਰਗੇਟ ਦੱਸੋ ਜੀ ਕਿੰਨੇ ਦਾ ਲੈ ਵੀ ਇਧਰਲੇ ਪਾਸੇ ਕਹਿੰਦੇ ਵੱਡਾ ਬਾਬਾ ਛੋਟਾ ਬਾਬਾ ਇਧਰ 78 ਦਾ ਠੀਕ ਹੈ ਨਹੀਂ ਠੀਕ ਲੱਗਿਆ ਪਤਾ ਹੁਣ ਤੇਰਾ ਹੀ ਕੋਈ ਗੱਲ ਨਹੀਂ ਨਾ 72 ਦਾ 72 ਦਾ ਟਾਰਗੇਟ ਆ ਸਾਰੀ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਵੀ ਆ ਉਧਰਲੇ ਪਾਸੇ ਕਹਿੰਦੇ ਕਿਨੇ ਦਾ ਟਾਰਗੇਟ 72 ਦਾ ਜੀ 72 ਦਾ ਟਾਰਗੇਟ ਆ ਜਾਰਡਨ ਵਾਲਾ ਜੀ ਆ ਜਾਣਗੇ ਮੇਰੇ ਵਾਲੇ ਮੈਚ ਦੇ ਉੱਪਰ ਤੇ ਨਾਲ ਉਧਰਲੇ ਪਾਸੇ ਕਹਿੰਦੇ ਘੋੜੀਏ ਵਾਲਾ ਕਾਲਾ ਸਾਡਾ ਵੀਰ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਮੰਗੇ ਬਾਈ ਨੂੰ ਬਹੁਤ ਵੱਡੀ ਮੁਬਾਰਕਬਾਤਾਂ ਕਹਿੰਦੇ ਅੱਜ ਦੇ ਮੇਲੇ ਦੀ ਜੇਕੇ ਦੀਆਂ ਟੱਕਰ ਨੂੰ ਸਾਰੇ ਐਨਆਰਆਈ ਭਰਾਵਾਂ ਨੂੰ ਬਹੁਤ ਵੱਡੀਆਂ ਮੁਬਾਰਕਾਂ ਦੇ ਲੈ ਵੀ ਆਓ ਕਾਲਾ ਤੇ ਨਾਲ ਜੇਕੇ ਦੀ ਆਣ ਪਾਣ ਸ਼ਾਨ ਦੇ ਗਲੱਬ ਮੈਥੋਂ ਬਿੱਟੂ ਕੋੜ ਸੁਖ ਕੋ ਜੀ ਬੋਲਿਆਂਗੇ ਵੀ ਆਪਦਾ ਵੱਡਾ ਛੋਟਾ ਭਰਾ ਸਮਝ ਕੇ ਮਾਫ ਕਰਿਓ ਜਿਉਂਦੇ ਰਹੇ ਤੇ ਮਿਲਾਂਗੇ ਲੱਖ ਵਾਰੀ ਮਰਗੇ ਤੇ ਦਿਲੋਂ ਭਲਾਇਓ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਈ ਖੜ ਗਏ ਮੇਰੀ ਬੇਨਤੀ ਲਾ ਲਈਏ ਫੀਲਡਿੰਗ ਜਲਦੀ ਨਾਲ ਬਹੁਤ ਤਗੜੇ ਮੈਚ ਦੇ ਕਰੇ ਸ਼ੁਰੂਆਤ ਤੋਂ ਲੱਗੀ ਹੈ ਕਿਉਂਕਿ ਸਾਰੇ ਪਿੰਡ ਦਾ ਹੈ ਸਾਰੇ ਨਗਰ ਦਾ ਕਹਿੰਦੇ ਇੱਕ ਵੱਡਾ ਯੋਗਦਾਨ ਹੈ ਇੱਕ ਵੱਡੇ ਰੋਲੇ ਜਿਹਦੇ ਵੱਡੇ ਮੇਲੇ ਵਿੱਚ ਬੜਾ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰ ਮਾ ਦਾ ਪਤ ਕਮਾਉ ਹੈ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਦੇ ਭਾਈ ਖੜੀਏ ਜਲਦੀ ਆਪਾਂ ਆ ਜਾਈਏ ਮੁੰਡੇ ਮੇਰੀ ਬੇਨਤੀ ਹੈ ਜਲਦੀ ਨਾਲ ਖੜੀਏ ਕਿਰਪਾ ਕਰਕੇ ਭਾਈ ਜੀ ਕਰੀਏ ਮੈਚ ਸ਼ੁਰੂ ਇਧਰਲੇ ਆਸੇ ਫਾਈਨਲ ਮੈਚ ਆ ਕੋਲੀ ਇੱਕ ਖੁਰਦੀ ਕਰੇ ਧਰਤੀ ਹੈ ਦੋ ਮੋਟਰਸਾਈਕਲਾਂ ਦੇ ਫੈਸਲੇ ਥੋੜੇ ਸਮੇਂ ਵਿੱਚ ਹੀ ਜਿਹੜੇ ਕਰੇ ਹੋ ਜਾਣੇ ਆ ਹਾਰ ਬਿਹਰੇ ਬਿੱਲੇ ਪਾਸੇ ਬੜੇ ਤਕੜੇ ਬੜੇ ਚੋਟੀ ਦੇ ਮੈਦੀ ਸ਼ੁਰੂਆਤ ਇੱਕ ਟੀਮ ਜਿਹੜੇ ਬਠਿੰਡੇ ਦੇ ਕਹਿੰਦੇ ਭਾਈ ਰੂਪੇ ਪਿੰਡ ਦੇ ਵਿੱਚੋਂ ਸਲਾਲਤਪੁਰੇ ਦੇ ਏਰੀਏ ਤੋਂ ਚੱਲ ਕੇ ਆਈ ਹੈ ਤੇ ਦੂਜੀ ਟੀਮ ਕਹਿੰਦੇ ਡਗਰੂ ਡਰੋਲੀ ਥੰਮਣ ਖੁਖਰਾਣਾ ਮੰਗੇਆਲਾ ਕੋਰੇਆਲਾ ਭਗੇਲਾ ਵੱਡਾ ਕਰ ਤੇ ਟੀਮ ਜਿਹੜੀ ਉਸ ਏਰੀਏ ਦੀ ਭਗੇਲੇ ਪਿੰਡ ਦੀ ਕਹਿੰਦੇ ਵੱਡੀ-ਵੱਡੀ ਹੋਈ ਹੈ ਮੈਚ ਬੜਾ ਚੋਟੀ ਦਾ ਜਿਹੜੇ ਮੁੰਡੇ ਨੇ ਆਉਣਾ ਨਾ ਮੂਰੇ ਗੱਲਾਂ ਹੋਣ ਗਿਆ ਕਾਲਾ ਆ ਗਿਆ ਭਾਈ ਰੂਪੇ ਦੀ ਕਹਿੰਦੇ ਧਰਤੀ ਦਾ ਸੁਖਵਿੰਦਰ ਕੁਮਾਰ ਨਾਮ ਹੈ ਤਿੰਨ ਮੋਟਰਸਾਈਕਲ ਜਿਹੜੇ ਕਰੇ ਜਿੱਤੇ ਹੋਇਆ ਅੱਜ ਵੇਖਦੇ ਵੀ ਭਗੇਲੇ ਦਾ ਸੁੱਖਾ ਜਾਂ ਭਾਈ ਰੂਪੇ ਦਾ ਕਾਲਾ ਕਿਹੜਾ ਖਿਡਾਰੀ ਚੌਥਾ ਮੋਟਰਸਾਈਕਲ ਦਿੰਦਾ ਗੱਲ ਫਿਰ ਹੋਰ ਮੁੰਡਾ ਕੋਈ ਮੋਟਰਸਾਈਕਲ ਜਿੱਤ ਕੇ ਬੱਲੇ ਬੱਲੇ ਕਰਾਵੇਗਾ। ਲਓ ਵਾਕਈ ਵਾਕਈ ਕਿਹਨੇ ਬੱਲੇ ਬੱਲੇ ਕਰਾ ਰਹੀ ਹੈ। ਵਾਕਈ ਕਿਹਨੇ ਕਾਰ ਆ ਗਿਆ ਭਾਈ ਰੂਪੇ ਦੀ ਧਰਤੀ ਦਾ। ਇਹ ਕਾਸਕੋ ਦਾ ਕਹਿੰਦੇ 치ਤਾ ਆ ਗਿਆ। ਸੋਹਣੀਆ ਦੁਨੀਆ ਟਾਈਗਰ ਦੀ ਕਾਸਕੋ ਕ੍ਰਿਕਟ ਦਾ। ਇਹਨੇ ਪਹਿਲਾ ਮੋਟਰਸਾਈਕਲ ਕਹਿੰਦੇ ਜਿਹੜਾ ਮਹੌਲੀ ਦੇ ਟੂਰਨਾਮੈਂਟ ਤੋਂ ਮਰੇਲਕੋੜਲੇ ਜ਼ਿਲ੍ਹੇ ਦੇ ਵਿੱਚੋਂ ਜਿੱਤ ਕੇ ਬੱਲੇ ਬੱਲੇ ਕਰਾਈ ਹੈ। ਦੂਜਾ ਮੋਟਰਸਾਈਕਲ ਗੁਰਦਾਸਪੁਰ ਦੇ ਗੁਨੀਏ ਪਿੰਡ ਦੇ ਵਿੱਚੋਂ ਜਿੱਤਿਆ। ਤੇ ਤੀਜਾ ਮੋਟਰਸਾਈਕਲ ਨੇ ਕਰੇ ਜਿਹੜਾ ਭਗਵਾਨਪੁਰੇ ਦੀ ਧਰਤੀ ਤੋਂ ਜਿੱਤ ਕੇ ਬੱਲੇ ਬੱਲੇ ਕਰਾਈ ਆ ਇਹ ਸੁਖਵਿੰਦਰ ਕੁਮਾਰੋਂ ਨਾਂ ਰੱਖਿਆ ਮਾਪਿਆਂ ਨੇ ਦਰੀਆਂ ਕਾਲਾ ਕਾਲਾ ਕਹਿੰਦੀ ਆ ਨਾਲ ਪੁੱਤਰੀ ਆ ਗਿਆ ਜਿਹੜਾ ਆ ਗਿਆ ਨਾ ਸਾਹਮਣੇ ਇਹ ਸੰਤ ਬਾਬਾ ਈਸਰ ਸਿੰਘ ਦੀ ਰਾੜਾ ਸਾਹਿਬ ਦੀ ਖੇਡ ਕਲੱਬ ਲਈ ਕਰੇ ਖੇਡਦਾ ਕਰੇ ਟਰੂ ਫਰੈਂਡਸ ਦੀ ਫਾਜ਼ਿਲਕੋਟ ਦੀ ਟੀਮ ਲਈ ਤਕੜੀਆਂ ਬਾਲਾਂ ਪਾਣਾ ਤੇ ਕਰੇ ਕਨੇ ਬਾਬਾ ਫੌਜਾ ਸਿੰਘ ਖੇਡ ਕਲੱਬ ਬੈਲਜਮ ਵਾਲੇ ਮੰਨੇ ਦੀ ਕਲੱਬ ਲਈ ਇਹ ਪੰਜਾਬ ਦੀਆਂ ਵੱਡੀਆਂ ਕਲੱਬਾਂ ਲਈ ਬੱਲੇ ਬੱਲੇ ਕਰਾਉਣ ਵਾਲਾ ਜਿਹਨੇ ਪਹਿਲੀ ਬਾਲ ਪਾਉਣੀ ਹੈ ਇਹਦਾ ਭਗੇਲਾ ਪਿੰਨਾ ਇਹ ਗੈਰੀ ਕਰੇ ਭਗੇਲੇ ਦੀ ਧਰਤੀ ਦਾ ਕਰਨ ਕਰਦਾ ਭਗੇਲੇ ਦਾ ਗੈਰੀ ਜੇ ਕਾਲੇ ਨੂੰ ਆਊਟ ਕਰਕੇ ਫਲੈਂਕਸ ਕਰਦਾ ਨਾ ਥਾਪੀ ਮਾਰਦਾ ਤੇ 2 ਡਾਲਰ ਕੋਲੀ ਵਾਲਿਆ ਯੂਐਸਏ ਦੇ ਦਿੱਤੇ ਜਾਣੇ ਆ ਲੋ ਵਾਕੇ ਵਾਕੇ ਕਰੇ ਅਮਰੀਕਾ ਦੇ ਡਾਲਰ ਦਿੱਤੇ ਜਾ ਰਹੇ ਆ ਆਗਾ ਗੈਰੀ ਕਰੇ ਭਗੇਲੇ ਦੀ ਧਰਤੀ ਦਾ ਸਾਹਮਣੇ ਭਾਈ ਰੂਪੇ ਵਾਲਾ ਟੱਕਰ ਸਿਰੇ ਦੇ ਆ ਟੱਕਰ ਕਹਿੰਦੇ ਦੁਨੀਆ ਦੀ ਮਹਿੰਗੀ ਟੱਕਰ ਆ ਟੱਕਰ ਕਹਿੰਦੇ ਦੁਨੀਆ ਦੀ ਮਹਿੰਗੀ ਟੱਕਰ ਕਹਿੰਦੇ ਮੈਚ ਚੋਟੀ ਦਾ ਕਹਿੰਦੇ ਕਿ ਭੱਜਦੇ ਨੇ ਇੱਕੋ ਜੇ ਬਹੁਤ ਮਿੱਤਰੋ ਅੱਜ ਟੱਕਰ ਨੇ ਹਾਰੀਆਂ ਅਫਾਨ ਮਿੱਤਰੋ ਰਾਇਆ ਖੇਲਾ ਗੱਲ ਲਿਖੇ ਮੇਕ ਲੱਖ ਲੱਖ ਦੇ ਦੁਨੀਆ ਚ ਤੁਮ ਪਈ ਹੋਈ ਆ ਕੋਲੀਏ ਦੇ ਵੱਡੇ ਕਾਬਰੀ ਲੈ ਵੀ ਗੈਰੀ ਦੋ ਤੋਂ ਤਿੰਨ ਨਾਲ ਕਰ ਦਿੱਤੇ ਯੂਐਸਏ ਦੇ ਹੋ ਜਾ ਤਗੜਾ ਬਗੇਲੇ ਪਿੰਡ ਵਾਲਿਆ ਆ ਪੁੱਟਰੀ ਆ ਇਧਰਲੇ ਪਾਸੇ ਗੈਰੀ ਆ ਉਹ ਵੱਡੀ ਟੱਕਰ ਆਈ ਦੇ ਦਿੰਦੀ ਪਰ ਪੈਂਦੀ ਬਾਲ ਮੁੰਡੇ ਕੋਸ਼ਿਸ਼ ਜੜੀਆਂ ਕਰਦੇ ਆ ਭਾਈ ਰੂਪੇ ਵਾਲਿਆ 24 ਬਾਲਾਂ 12 ਛੱਕੇ ਓਏ ਕਿਸੇ ਗੱਲਾਂ ਮੱਜਣਿਆ ਹੋ ਜਾ ਤਗੜਾ ਦੁਨੀਆ ਪਾਰ ਦੇ ਵਿੱਚ ਨਾਮ ਬਟਾ ਭਗੇਲੇ ਦਾ ਗੇਰੀ ਤਿਆਰ ਬਰਦਾਰਾ ਇਧਰਲੇ ਪਾਸੇ ਹੁੰਦੀ ਬੱਲੇ 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 ਲੱਗਦਾ ਜੋਰ ਉਹ ਲੱਗਦਾ ਜੋਰ ਲੱਗਦਾ ਜੋਰ ਕਿਰੇ ਬਾਲ ਵੜ ਕੇ ਰਤੀ ਹੈ ਲੈ ਵੀ ਭਗੇਲੇ ਵਾਲਿਆ ਬੱਜਨਾ ਦਾ ਹਿੱਕ ਜੀ ਪੈ ਰਿਹਾ ਹੈ ਉਹ ਬੱਜਨਾ ਤਾਂ ਮੁੰਡੇ ਦੀ ਹਿੱਕ ਜੀ ਪੈ ਰਿਹਾ ਹੈ ਮੈਚ ਚੋਟੀ ਦਾ ਕਹਿੰਦੇ ਟੀਮਾਂ ਸਰੇ ਦੀਆਂ ਪਹਿਲੀ ਬਾਲ ਉਹ ਬੱਲੇ ਬੱਲੇ ਭਗੇਲੇ ਵਾਲਿਆ ਭਗੇਲੇ ਵਾਲਿਆ ਕਾਲਾ ਉੱਤਰ ਖੜਾ ਜੀ ਕਰਨ ਕਹਿੰਦਾ ਕਾਲਾ ਦੂਜੇ ਪਾਸੇ ਖੜਾ ਨਹੀਂ ਯੂ ਐਸ ਡਾਲਰ ਰਿੜਿਆ ਗੱਲਾਂ ਲੱਗਣ ਗਿਆ ਟਗਾਣੇ ਬਾਲ ਪੈਂਦੀ ਆ ਆ ਗਿਆ ਨਬੜ ਕਰੇ ਕਾਲੂ ਮੇਰੇ ਵੀਰੋ ਭਾਈ ਰੂਪੇ ਦੀ ਧਰਤੀ ਦਾ ਭਾਈ ਰੂਪ ਚੰਦੀ ਧਰਤੀਆ ਕਰੇ ਸੇਲਵਰ ਕਰੇ ਭਾਈ ਰੂਪਾ ਕਰੇ ਜਲਾਲ ਕਦੇ ਸਲਾਤਪੁਰਾ ਬੜੇ ਮਸ਼ਹੂਰ ਜੇ ਪਿੰਡਾ ਕਦੇ ਕਦੇ ਦਿਆਲਪੁਰ ਮਿਰਜੇ ਦੀਆਂ ਕਦੇ ਦਿਆਲਪੁਰ ਭਾਈ ਦੀਆਂ ਗੱਲਾਂ ਲਾ ਪੈਂਦੀ ਬਾਲ ਇਧਰਲੇ ਪਾਸੇ ਵਾਹ ਤਰੇ ਭਗੇਲੇ ਵਾਲਿਆ ਲਓ ਵਾਕਈ ਵਾਕਈ ਭਗੇਲੇ ਵਾਲੇ ਨੇ ਕਰੇ ਚੋਟੀ ਚੋਟੀ ਦੀਆਂ ਬਾਤੀਆਂ ਫਾਈਨਲ ਆ ਕਹਿੰਦੇ ਕੋਹਲੀਏ ਦੇ ਵੱਡੇ ਮੇਲੇ ਦਾ ਤੇ ਵੱਡੀ ਗੱਲ ਬਾਤ ਹੁੰਦੀ ਹੈ ਕਿ ਜੱਟ ਨੇ ਦਾ ਫੈਸਲੇ ਤੂ ਦੇ ਰਣਗੇ ਆ ਫਾਈਨਲ ਆ ਮੈਚ ਮਿੱਤਰੋ ਪਟਾਕੇ ਪੂਰੇ ਪੈਣਗੇ ਕੇ ਮਾਰ ਦਿੰਦਾ ਡੰਗ ਗੱਡੋ ਜਾ ਮਲ ਲੱਪ ਵੀ ਨਿਕਲਣਗੇ ਨਾਗਾ ਚੋ ਖੜੱਪੇ ਸੱਪ ਵੀ ਕੇ ਲੰਗੇ ਆਲੇ ਆ ਯੋਦਾ ਸੱਚ ਕਹਿ ਗਿਆ ਥੋੜੇ ਸਮੇਂ ਵਿੱਚ ਹੀ ਪਤਾ ਲੱਗ ਜਾਣਾ ਕੋਲੀਏ ਖੁਰਦਰਾ ਕੱਪ ਮੰਗੇ ਧਰਮੇ ਗੋਗੀ ਹੋਣਾ ਦਾ ਹੈਪੀ ਹੋਣਾ ਦਾ ਕੱਪ ਕਰਨ ਵਰਗੇ ਮੁੰਡਿਆਂ ਦਾ ਕੱਪ ਕਿਹੜਾ ਜਿੱਤ ਲੈ ਗਿਆ ਲਾ ਪੈਂਦੀ ਬਾਲ ਹੁੰਦੀ ਬੱਲੇ 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 ਓਵਰ ਸਮਾਪਤ ਤੇ ਦੱਸਿਏ ਭਾਜੀ ਕਿੰਨੇ ਹੋ ਗਏ ਇਧਰਲੇ ਪਾਸੇ 골ਡੀ ਦੇ ਕਹਿੰਦੇ ਭੈਣ ਪੁੱਜਿਆ ਔਰ ਭੈਣ ਜੀ ਹੈ ਸਾਡੇ ਜਿਹੜੇ ਕੱਪ 골ਡੀ ਦੇ ਪਰਿਵਾਰ ਵੱਲੋਂ ਸਪਾਂਸਰ ਕੀਤੇ ਗਏ ਪਹਿਲੇ ਦੂਜੇ ਨੰਬਰ ਦੀਆਂ ਟੀਮਾਂ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਨਾਲ ਹੋਰ ਵੀ ਵੀਰ ਸਾਡੇ ਬੈਠਿਆ ਅੱਜ ਘੋਲੀਏ ਦੀ ਟੀਮ ਦਾ ਦੇ ਨਾਮ ਦੁਨੀਆ ਭਰ ਦੇ ਵਿੱਚ ਮਸ਼ਹੂਰ ਆ ਰਾਂ ਤੇ ਉਹ ਮੇਰੇ ਵੀਰੋ ਪ੍ਰਮੋਟਰਾਂ ਦੀ ਬਦੌਲਤ ਤੋਂ ਪਿੰਡ ਦੀ ਸਪੋਰਟ ਦੀ ਬਦੌਲਤ ਬਘੇਲੇ ਵਾਲਾ ਸੁੱਖਾ ਭਾਈ ਰੂਪੇ ਦੇ ਕਾਲੇ ਨੋਟ ਕਰਕੇ ਥਾਪੀ ਮਾਰਦਾ ਤੇ 5 5 5 ਯੂ ਐਸ ਡਾਲਰ ਦਿੱਤੇ ਜਾਣੇ ਆ। ਉਹ ਵਾਕਈ ਕਹਿੰਦੇ 5 ਕਹਿੰਦੇ ਯੂ ਐਸ ਡਾਲਰ ਦਿੱਤੇ ਆ ਰਹੇ ਆ। ਦੋਵੇਂ ਖਿਡਾਰੀ ਕਹਿੰਦੇ ਮੋਟਰਸਾਈਕਲ ਜੇ ਜੇਤੂ ਐ ਆ ਸੁੱਖਾ ਕਹਿੰਦੇ ਭਗੇਲੇ ਦੀ ਤਰਤੀ ਦਾ। ਲਾਓ ਸਾਹਮਣੇ ਦੋਨਾਂ ਮੁੰਡਾ ਇੱਥੇ ਰੱਖ ਹੈ ਹੈ ਇੱਥੇ ਹੈ ਇੱਥੇ ਹੈ ਇੱਥੇ ਹੁਣ 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 ਘੋਲੀਏ ਵਾਲਿਆ ਹੁਣ ਹੁਣ ਗੱਲਾਂ ਬੜੀਆਂ ਲੈ ਵੀ ਕਾਲਿਆ ਚਾਖਦਾ ਭਗੇਲੇ ਵਾਲੀਆ ਜਿਵੇਂ ਬਦਲਾ ਜੱਤੀ ਵਿੱਚ ਗੱਗੂ ਗਲ ਝਾਖਦਾ ਹੁੰਦਾ ਹੋ ਜਾ ਤਕੜਾ ਆ ਬਾਲ ਤੇ ਸ਼ੱਕਾ ਤੇ 2 ਯੂ ਐਸ ਰੇ ਡਾਲਰ ਦੇ ਦੇਣੇ ਆਪਾਂ ਜੇ ਭਗੇਲੇ ਵਾਲੇ ਨੇ ਆਊਟ ਕਰਤਾ ਵੱਡੇ ਮਾਨ ਸੁੱਖੇ ਦੇ ਦੋਨਾਂ ਨੇ ਤਿੰਨ ਤਰ ਮੋਟਰਸਾਈਕਲ ਤੇ ਆ ਯਾਰੀ ਪੱਕੀ ਆ ਪੈਂਦੀ ਬਾਲ ਆਹ ਹੋ ਜਾਂਦੀ ਆਹ ਹੋ ਜਾਂਦੀ ਆਹ ਜਾਂਦੀ ਆਹ ਹੋ ਜਾਂਦੀ ਆਹ ਹੋ ਜਾਂਦੀ ਆਹ ਹੋ ਜਾਂਦੀ ਆਹ ਜਾਂਦੀ ਆਹ ਹੋ ਜਾਂਦੀ ਆਹ ਉਹ ਜਾਂਦੀ ਉਹ ਜਾਂਦੀ ਉਹ ਜਾਂਦੀ ਪਿਆਰ ਵੀ ਵਰਾ ਹੈ ਰੱਬ ਦਾ ਵੀ ਹੈ ਹਾਂ ਹਾਂ ਉਹ ਕਿਵੇਂ ਲੱਗਦਾ ਕੰਮ ਗੋਲੀਆਂ ਦੇ ਕੰਮ ਦਾ ਤਾੜੀ ਤੇ ਕਾਲੇ ਤੇ ਸੁੱਖੇ ਦੀ ਵੱਡੀ ਵੱਡੀ ਟੱਕਰ ਹੈ ਤੂ ਤੂੰ ਮੈਮੇ ਵੀ ਮਿੱਤਰਾਂ ਚ ਖੜਕ ਪਈ ਅੱਜ ਸੁਣ ਕੇ ਨਹੀਂ ਸਰਦਾਰਾ ਓ ਮਿੱਤਰਾਂ ਜੇ ਖੜਕ ਪਈ ਓ ਜਰਾ ਸੁਣ ਕੇ ਜੇ ਦਿਲਦਾਰਾ ਗੱਲਾਂ ਹੁੰਦੀ ਐ ਟੱਕਰੇ ਸਿਰੇ ਦੀ ਐ ਆ ਮਹਿੰਗੀ ਟੱਕਰ ਐ ਆ ਮਹਿੰਗੀ ਟੱਕਰ ਐ ਓ ਪੈਂਦੀ ਵਾਲ ਤੇ ਓ ਭਾਈ ਰੂਪੇ ਵਾਲਾ ਓ ਭਾਈ ਰੂਪੇ ਵਾਲਾ ਹਾ 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 ਖੜਖਾ ਮੂਰੇ ਭਗੇਲੇ ਵਾਲੀਆ ਕਹਿੰਦਾ ਵਿਖੜਖਾ ਮੂਰੇ ਭਾਈ ਰੂਪੇ ਵਾਲਿਆ ਖੜਖਾ ਮੂਰੇ ਆ ਗਿਆ ਕਾਲੂ ਨੌਇਵੜ ਕਦੇ ਔਰ ਚਰਚਿਆ ਇਹ ਦੋਨੋਂ ਟੀਮਾਂ ਇੱਕ ਜਿਲ੍ਹੇ ਬਠਿੰਡੇ ਦੀ ਇੱਕ ਜਿਲ੍ਹੇ ਮੋਗੇ ਦੀ ਚਾਹ ਕਿੰਨੇ ਜਿਲ੍ਹੇ ਮੋਗੇ ਦੇ ਡਾਲੇ ਦੀ ਟੀਮ ਦੀ ਗੱਲ ਚਾਹ ਘੋਲੀ ਵਾਲੇ ਮੁੰਡੇ ਦੀ ਚਾਹ ਚੜਿਕ ਚਾਹ ਚੁੱਪ ਕੀਤੀ ਚਾਹ ਲੰਡੇ ਕੇ ਤੇ ਪੰਜਾਬ ਦੀਆਂ ਕਹਿੰਦੇ ਵੱਡੀਆਂ ਟੀਮਾਂ ਡਰੋਲੀ ਭਾਈ ਡਗਰੂ ਦੀ ਗੱਲ ਕੱਲਾਂ ਦੀ ਗੱਲ ਵੱਖਰੀ ਤੇ ਘੋਲੀਏ ਦੀ ਟੀਮ ਨੇ ਸੀਜ਼ਨ ਦੇ ਵਿੱਚ ਇੱਕ ਜਿਹੜਾ ਪਹਿਲਾ ਟੂਰਨਾਮੈਂਟ ਜਿੱਤਿਆ ਨਾ ਬੇਨੜੇ ਜ਼ਿਲ੍ਹੇ ਸੰਗਰੂਰ ਦਾ ਪਿੰਡਾ ਉੱਥੋਂ ਜਿੱਤਿਆ ਤੇ ਨਾਲ ਅਲਟੋ ਕਾਰ ਰਿਤਤੀ ਗੋਗੀ ਨੇ ਫਿਰ ਅਪ੍ਰੈਲ ਮਹੀਨੇ ਮੈਲ ਕਲਾ ਵਿੱਚ ਟੂਰਨਾਮੈਂਟ ਹੋਇਆ ਨਿਹਾਲ ਸਿੰਘਾਲ ਦਾ ਦੀਪਕ ਬਸ਼ੇਰੇ ਦਾ ਜੇਤੂ ਬੜਿਆ ਤੇ ਉਹ ਬਸ਼ੇਰਾ ਜਿਹੜਾ ਘੋਲੀਏ ਦੀ ਟੀਮ ਦੇ ਲਈ ਖੇਡ ਕੇ ਜਿੱਤਿਆ ਉਹ ਮੇਲਾ ਘੋਲੀ ਵਾਲੇ ਮੁੰਡੇ ਨੇ ਜਿੱਤਿਆ ਫਰਵਰੀ ਮਹੀਨੇ ਕੋਟਕਪੂਰੇ ਫੋਰ ਟਰੈਕਟਰ ਦਾ ਟੂਰਨਾਮੈਂਟ ਹੋਇਆ ਉਹ ਟੂਰਨਾਮੈਂਟ ਜਿੱਤਿਆ ਘੋਲੀਏਰੀ ਟੀਮ ਨੇ ਤੇ ਘੋਲੀਏ ਦਾ ਹੈਪੀ ਟਰੈਕਟਰ ਦਾ ਜੇਤੂ ਬੜਿਆ ਫਿਰ ਮਈ ਮਹੀਨੇ ਟੂਰਨਾਮੈਂਟ ਹੋਇਆ ਬਾਂਮਣ ਵਾਲੇ ਦੋ ਦबई ਦੇ ਟੂਰ ਜਿੱਤੇ ਆ ਰਹੇ ਸੀ ਇੱਕ ਪਿੰਡ ਵਾਲੇ ਪਲੇਅਰ ਨੇ ਇੱਕ ਬਾਹਰ ਵਾਲੇ ਪਲੇਅਰ ਨੂੰ ਉਹ ਘੋਲੀਏਰੀ ਟੀਮ ਨੇ ਟੂਰਨਾਮੈਂਟ ਜਿੱਤਿਆ ਤੇ ਦबई ਦਾ ਟੂਰ ਜਿਹੜਾ ਗੋਗੀ ਘੋਲੀਏ ਨੇ ਜਿਹੜਾ ਫੇਰ ਜਿੱਤਿਆ ਫਿਰ ਲੰਡੇਗੜਾ ਟੂਰਨਾਮੈਂਟ ਤੇ ਫਿਰ ਪੰਜਾਬ ਦੇ ਵੱਡੇ ਟੂਰਨਾਮੈਂਟ ਜਿਹੜੇ ਜਿੱਤੇ ਆ ਇਹ ਮੰਗੇ ਹੁਣਾਂ ਦੀ ਬਦੌਲਤ ਆ ਇਹ ਪਿੰਡ ਦੀ ਸਪੋਰਟ ਦੀ ਬਦੌਲਤ ਤੇ ਮੰਗਾ ਬਾਈ ਆਉਦੇ ਘਰ ਦੇ ਕੰਮ ਕਰ ਘਰ ਦੇ ਰੁਝੇਵੇਂ ਛੱਡ ਕੇ ਟੀਮ ਦੇ ਨਾਲ ਤੁਰਦਾ ਤੇ ਟੀਮ ਨੂੰ ਕਹਾਂ ਬਾ ਵੀ ਸਪੋਰਟ ਸਾਡੀ ਆ ਸਾਡੇ ਪਿੰਡ ਦਾ ਨਾਂ ਸਾਡੇ ਪਿੰਡ ਦਾ ਨਾਂ ਜਿਹੜਾ ਦੂਰ ਦੂਰ ਸਪੀਕਰਾਂ 'ਚ ਬੋਲਣਾ ਚਾਹੀਦਾ ਵੀ ਮੁੰਡੇ ਅਰ ਘੋਲੀਏ ਖੁਰ ਤੋਂ ਚੱਲ ਗਾਏ ਆ ਵੱਡੀਆਂ 5 6 ਸੀਰਾਂ ਜਿਹੜੀਆਂ ਇਸ ਸਾਲ ਉਹ ਘੋਲੀਏ ਦੀ ਟੀਮ ਨੇ ਦਿੱਤੀਆਂ ਇਹਦੇ 20 ਤੋਂ 25 ਟੂਰਨਾਮੈਂਟ ਸਾਰੇ ਪੰਜਾਬ ਦੇ ਵਿੱਚ ਜਿਹੜੇ ਟਰੈਕਟਰ ਘੋੜੇ ਗੱਡੀਆਂ ਵਾਲੇ ਹੁੰਦੇ ਆ 25 ਤੋਂ 30 ਆਉਣਗੇ ਜਿਹੜੇ ਮੋਗੇਰੀ ਇੱਕੋ ਇੱਕ ਐਸੀ ਟੀਮ ਆ ਜਿਨੇ ਕਹਿੰਦੇ ਘੋਲੀਏ ਖੁਰ ਦੀ ਟੀਮ ਨੇ ਔਰ ਮੇਰੇ ਵੀਰੋ ਪੰਜ ਟੂਰਨਾਮੈਂਟ ਵੱਡੀਆਂ ਸੀਰੀਜ਼ਾਂ ਵਾਲੇ ਜਿੱਤੇ ਆ 51000 ਕਰੇ ਲੰਡੇ ਕੇ ਚੋਂ ਕਰੇ ਕੱਲਾਂ ਚੋਂ ਕਰੇ ਡਗਰੂ ਚੋਂ ਕਰੇ ਵੱਡੇ ਘਰ ਚੋਂ ਥੋੜੇ ਦਿਨ ਪਹਿਲਾਂ ਲਲਤੋ ਤੋਂ ਜਿੱਤੇ ਆ ਔਰ ਨਿੱਤੰਗੂ ਮੁੰਡੇ ਮੇਲਾ ਜਿੱਤੇ ਆ ਇਹ ਭਾਈਆਂ ਦੀ ਬਦੌਲਤ ਆ ਮੰਗੇਰੀ ਸਪੋਰਟ ਆ ਬਾਕੀ ਨੀਤਾ ਨੂੰ ਮਰਾਤਾ ਤੇ ਪਿੰਡ ਦਾ ਜਿਹੜਾ ਸਪੋਰਟ ਹੈ ਟੀਮ ਨੂੰ ਇੱਕ ਵਾਰੀ ਘੋਲੀਏ ਖੁਰਨਾ ਤੇ ਤਾੜੀ ਮਾਰਦੇ ਰਜੋੜੀ ਮੁੰਡੇ ਪੰਜਾਬ ਪਰਦੇ ਕਹਿੰਦੇ ਕਹੌਂਦੇ ਕੱਪ ਜਿੱਦੇ ਆ ਲਓ ਜੱਸਾ ਭਗੇਲੇ ਦੀ ਧਰਤੀ ਦਾ ਦੋ ਸਾਲ ਲਗਾਤਾਰ ਇਹ ਵੀ ਨਾਇਵਣ ਘੋਲੀਏ ਖੁਰਦੇ ਦੇ ਕੱਪ ਦਾ ਬੈਸਟ ਬਣਿਆ ਤੇ ਕਾਲਾ ਭਾਈ ਰੂਪੇ ਦੀ ਧਰਤੀ ਦਾ ਜਿਹੜੇ ਬਠਿੰਡੇ ਦਾ ਬਣੇ ਸੁਖਵਿੰਦਰ ਕੁਮਾਰ ਦਾ ਰੱਖਿਆ ਇਹ ਕਾਲਾ ਭਾਈ ਰੂਪੇ ਵਾਲਾ ਭੱਲੇ ਬੱਲੇ ਜੜੀ ਕਰ ਆ ਗਿਆ ਲਓ ਵਾਕਈ ਕਹਿੰਦੇ ਬਾਲਾ ਜੱਫੇ ਦੀ ਆ ਪੈਟੀ ਹੈ ਵਾਕਈ ਸਾਰੇ ਪੈਂਟ ਦੀ سپورਟ ਹੈ ਕਹਿੰਦੇ ਤੇ ਤਾਹੇ ਦਾ ਮੁੰਡੇ ਕਹਿੰਦੇ ਨਿਤ ਮੇਲਾ ਜਿੱਤਦੇ ਆ ਸਾਰੇ ਪੈਂਟ ਦੀ سپورਟ ਆ ਮੁੰਡਿਆਂ ਨੂੰ ਉਹ ਵੱਡਾ ਧੜਵਾਲ ਗਿਰਦੇ ਆ ਮੁੰਡਾ ਪਾਲ ਪੌਂਦਲੇ ਖਿਡਾਰੀ ਤਿਆਰਾ ਹੈ ਭਾਈ ਰੂਪੇ ਵਾਲਾ ਕਹਿੰਦੇ ਹਾ 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 ਕਾਲਾ ਭਾਈ ਰੂਪੇ ਵਾਲਾ ਰਣਖੇਰੇ ਵਾਦੇ ਕਰ ਗਿਆ ਲੈ ਵੀ ਕਾਲਿਆ ਇੱਕ ਹੋਰ ਸਿੱਪ ਤੇ ਇੱਕ ਮਿੰਟ ਰਜੀ ਮੰਗੇ ਬਾਈ ਇੱਕ ਹੋਰ ਸਿਰਤਾ ਘੋਲੀਏ ਖੌੜੀ ਟੀਮ ਦੀ ਪਲੇਅਰ ਕੋਈ ਵੀ ਨਸ਼ਾ ਕਰਕੇ ਨਹੀਂ ਖੇਡਦਾ ਸਾਰੇ 11 ਪਲੇਅਰ ਹੋ ਆ 12ਵਾਂ ਮੰਗਾ ਬਾਈ ਆ ਤੇ 15 16 ਪਲੇਅਰ ਆ ਕੁੱਲ ਸੈਫ ਵਰਗੇ ਲਖਵਿੰਦਰ ਵਰਗੇ ਜੀਵਨ ਵਰਗੇ ਮੁੰਡੇ ਮਿਲਾ ਕੇ ਮੈਨੂੰ ਨਹੀਂ ਲੱਗਦਾ ਵੀ 16 ਦੇ 17 ਪਲੇਅਰ ਜਿੰਨੇ ਵੀ ਕ੍ਰਿਕਟ ਦੇ ਗਰਾਊਂਡ ਚ ਆਉਂਦੇ ਆ ਤੇ ਕੋਈ ਪਲੇਅਰ ਯਾਰ दारू ਡਰਿੰਕ ਵੀ ਕਰਦਾ ਹੋਊਗਾ ਇੱਥੋਂ ਤੱਕ ਜਿਹੜੀ ਬਿਲਕੁਲ ਨਸ਼ਾ ਰਹਿਤ ਟੀਮਾਂ ਇਹ ਪਾਸੇ ਦੀਆਂ ਟੀਮਾਂ ਵੀ ਗੱਲਾਂ ਕਰ ਰਹੀਆਂ ਵੀ ਜਿਵੇਂ ਭਗੇਲੇ ਵਾਲੇ ਮੁੰਡੇ ਔਰ ਜਿਵੇਂ ਔਰ ਘੋਲੀ ਵਾਲੇ ਮੁੰਡੇ ਤੇ ਪੰਜਾਬ ਦੀਆਂ ਹੋਰ ਵੀ ਟੀਮਾਂ ਕਈ ਆ ਜਿਹੜੀਆਂ ਨਸ਼ਾ ਰਹਿਤਾ ਪਰ ਇਹ ਘੋਲੀਏ ਨੂੰ ਮਾਣ ਆਉਣਾ ਚਾਹੀਦਾ ਇੱਕ ਵੀ ਪਲੇਅਰ ਐਸਾ ਨਹੀਂ ਜਿਹੜਾ ਮੇਰੇ ਵੀਰੋ ਡਰਿੰਕ ਵੀ ਕਰਦਾ दारू ਵੀ ਪੀਂਦਾ ਇਹ ਘੋਲੀਏ ਦੀ ਟੀਮ ਨੂੰ ਘੋਲੀਏ ਪਿੰਡ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਲਓ ਬਾਲ ਜੱਸੇ ਦੀ ਇਧਰਲੇ ਪਾਸੇ ਲਓ ਜੱਸੇ ਦੀ ਕਿਹੜੇ ਬਾਲ ਪੈਂਦੀ ਹੈ ਆਹ ਪੰਜਾਬ ਭਗੇਲੇ ਦੀ ਧਰਤੀ ਦਾ ਹੈ ਓਵਰ ਦੀ ਸਮਾਪਤੀ ਹੈ ਵੀਰੇ ਕਿੰਨੇ ਬਣ ਗਏ ਦੱਸਿਓ 16 ਬਣ ਗਿਆ ਰਨ ਕਦੇ 16 ਬਣ ਗਿਆ ਕਹਿੰਦੇ ਮੈਚ ਸਾਰੇ ਹੀ ਚੋਟੀ ਦੇ ਹੈ ਟੀਮਾਂ ਚੋਟੀ ਚੋਟੀ ਦੇ ਆ ਬਰੀ ਹੈ ਕਹਿੰਦੇ ਫਾਈਨਲ ਆ ਕਹਿੰਦੇ ਕੋਹਲੀਏ ਦੇ ਵੱਡੇ ਮੇਲੇ ਦਾ ਹੈ ਤੇ ਵੱਡੀ ਗੱਲਬਾਤ ਹੁੰਦੀ ਹੈ ਉਧਰਲੇ ਪਾਸੇ ਸੋਖ ਰੰਡਾਵਾ ਤੇ ਲੱਖਾ ਰੰਡਾਵਾ ਵੱਡੇ ਭਾਈ ਆ 31000 ਰੁਪਇਆ ਪਹਿਲਾ ਪ੍ਰਾਈ ਉਹਨਾਂ ਵੱਲੋਂ ਆ ਤੇ ਬਾਈ ਦਾ ਬ੍ਰਦਰ ਜਿਹੜਾ ਕੁਲਦੀਪ ਰੰਧਾਵਾ ਵਿਸ਼ੇ ਤੌਰ ਤੇ ਚੱਲ ਕੇ ਆਇਆ ਬਹੁਤ ਬੜਾ ਧੰਨਵਾਦ ਹੈ ਦਿਲ ਦੇ ਅੰਗਾਂ ਵਿੱਚੋਂ ਲਓ ਪੈਂਦੀ ਬਾਲ ਨਾਲ ਸਰਦਾਰ ਇੰਦਰਜੀਤ ਸਿੰਘ ਦੀ ਮੈਂਬਰ 11 ਹਰ ਰੇ ਹੋਰਨ ਉਹਨਾਂ ਵੱਲੋਂ ਹੈ ਬਹੁਤ ਬੜਾ ਧੰਨਵਾਦ ਲਓ ਕਾਲਾ ਭਾਈ ਰੂਪੇ ਦਾ ਲਾਸਟ ਓਵਰ ਦੀਆਂ ਬਾਲਾਂ ਪੈਂਦੀਆਂ ਆ ਮੁੰਡਾ ਸਨੀਆ ਨਾ ਬਣ ਗਦੇ ਇਹਦਾ ਭਗੇਲਾ ਪੈਂਦਾ ਲੱਕਾ ਡਗਰੂ ਟਰੋਲੀ ਦਾ ਬਾਲ ਪੈਂਦੀ ਭਾਈ ਰੂਪੇ ਵਾਲਿਓ ਹੋਏ ਹੋਏ ਓ ਬੱਲੇ ਬੱਲੇ ਹੁੰਦੀ ਐ ਐਨ ਅੱਗ ਨਿਕਲਿਆ ਕਹਿੰਦੇ ਘੋਲੀਏ ਦੀ ਕਰਤੀ ਵੀ ਸਾਰਾ ਮੇਲਾ ਗਿਆ ਹੱਲ ਚੰਨਾ ਕਰੇ ਮੋੜ ਚੱਲ ਛਿਆਂ ਸੱਤਾਂ ਨੂੰ ਪੁਲਿਸ ਲੈ ਗਈ ਫੜ ਕੇ ਮੈਨੂੰ ਡਰ ਲੱਗੇ ਮੇਲੇ ਵਿੱਚ ਘੋਲੀਏ ਵਾਲੇ ਔਰ ਵੇਖ ਗਰਾਊਂਡ ਦੇ ਵਿੱਚ ਭਾਈ ਰੂਪੇ ਦੇ ਭੁਖੇਲੇ ਵਾਲੇ ਚੋਬਰਾਂ ਦੀ ਡਾਂਗ ਖੜਕੇ ਉਹ ਡਾਂਗ ਖੜਕੇ ਕਹਿੰਦੇ ਡਾਂਗ ਖੜਕਦੀ ਹੈ ਬਾਕੀ ਚਰਚੇ ਹੁੰਦੇ ਆ ਮੁੰਡਾ ਪਾਰ ਪਾਉਂਦ ਲਈ ਖਲ ਜਾਰੀ ਕਹਿੰਦੇ ਫੇਰ ਤਿਆਰ ਹੈ ਪੈਂਦੀ ਬਾਲ ਤੇ ਭਾਈ ਰੂਪੇ ਵਾਲੇ ਸਨੀ 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 ਵਾਲਾ ਸਿਰਦਾ ਚੋਟੀ ਰੀਆਂ ਉਧਰਲੇ ਪਾਸੇ ਸਵਰਗਿਆ ਕ੍ਰਿਕਟ ਪਲੇਅਰ ਗੁਰਮੀਤ ਵੱਡਾ ਬਾਈ ਸਾਡਾ ਸਾਡੇ ਵਿੱਚ ਨਹੀਂ ਔਰੀ ਯਾਦ ਵਿੱਚ 5100 ਰੁਪਏ ਸਾਡੀ ਪ੍ਰਬੰਧਕ ਕਮੇਟੀ ਨੂੰ ਤੇ ਨਾਲ ਜਿਹੜੇ ਉਹਦੇ ਫਾਦਰ ਸਾਹਿਬ ਉੱਚੇ ਜੇ ਤੌਰ ਤੇ ਆਏ ਆ ਬਹੁਤ ਬੜਾ ਧੰਨਵਾਦ ਹੈ ਚਾਹ ਕਮਲ ਇਸਪਿੰਡ ਦਾ ਮਾਨ ਸਿੰਘ ਤੇ ਚਾਹ ਗੁਰਮੀਤ ਭਾਈ ਅੱਜ ਸਾਡੇ ਵਿੱਚ ਨਹੀਂ ਯਾਦਾਂ ਜੁੜੀਆਂ ਨੇ ਔਰ ਯਾਦਾਂ ਨੂੰ ਆਏ ਸਾਲ ਪ੍ਰਬੰਧਕ ਆਏ ਸਾਲ ਕਮੇਟੀ ਤਾਜ਼ਾ ਕਰ ਰਹੀ ਹੈ ਔਰ ਅਨੇਕਾਂ ਪਲੇਅਰ ਜਿਹੜੇ ਪੁਰਾਣੇ ਖੇਡਦੇ ਉਹ ਘੋਲੀ ਆਉਂਦੇ ਆ ਫਿਰ ਜਦੋਂ ਫੋਟੋ ਲੱਗੀ ਵੇਖਦੇ ਨੇ ਫਿਰ ਯਾਦ ਕਰਦੇ ਵੀ ਯਾਰ ਆ ਨੋਇਬੰਦਾ ਮੇਰੇ ਨਾਲ ਉੱਥੇ ਮੈਚ ਲੱਗਾ ਸੀ ਇਹ ਯਾਦਾਂ ਨੇ ਮੇਰੇ ਵੀਰੋ ਔਰ